ਅਸਲਾਮ ਵਾਲੇਕੁਮ। ਉਮੀਦ ਕਰਦੇ ਹਾਂ ਸਾਰੇ ਖਰੀਏ ਤਰ੍ਹਾਂ ਠੀਕ ਠਾਕ ਹੋ। ਸੋ ਦੋਸਤੋ, ਤਾਂ ਅੱਜ ਨਾ ਜਿਹੜਾ ਵਿਲਾਕ ਹੈ ਸੋ ਕਿ ਬਹੁਤ ਜ਼ਿਆਦਾ ਪਸੰਦ ਸੀ ਅਸਾਂ ਨੇ ਦੋਸਤਾਂ ਨੂੰ। ਭਾਈ ਖੁਲਾਕ ਉਹਨਾਂ ਦਾ ਘੋੜਾ, ਬਸ਼ੇਰਾ ਘੋੜਾ, ਬੱਚਾ ਘੋੜਾ ਉਸਕੀ ਤਿਆਰ ਕਰਨੇ ਪੈਣੇ ਭਾਈ ਮਿਸ਼ਤਾਕ ਸ਼ੇਰੀ ਵਾਲੇ, ਜਿਹੜੇ ਉਸਤਾਦ ਦੇ ਮੋਹਤਰਮ ਵਾਦੀਆ ਬਣਾ ਆਰਟਸ ਕਲੱਬ ਨੇ ਨਾ। ਅਤੇ ਜਨਾਬ ਉਹ ਅੱਜ ਘੋੜੇ ਕੀ ਨਵੇਂ ਪੰਡਾਲ ਹੀ ਬਣਾ ਤਾ ਉਸ ਤਿਆਰ ਕਰਨੇ, ਉਸਨੀ ਦੁਆ ਖੈਰ ਅਸੀਂ। ਭਾਈ ਖਲਾਕ ਨਾ ਬੜਾ ਪਿਆਰਾ ਘੋੜਾ ਆ। ਭਾਈ ਖਲਾਕ ਕੀ ਪੁੱਛਿਆ ਜੈਸੀ, ਕਿਤਨੇ ਅਰਸੇ ਤੂੰ ਸ਼ੌਂਕ ਹੈ ਤਾਂ ਇਹ ਘੋੜਾ ਤਿਆਰ ਕਰਨੇ? ਭਾਈ ਮਿਸ਼ਤਾ ਕੀ ਵੀ ਪੁੱਛਿਆ ਜੈਸੀ, ਉਹ ਅਸਨੇ ਵਾਦੀਏ ਬਣਾਉਣੇ ਜਨਾਬ ਰੌਣਕੀ, ਅਤੇ ਜਨਾਬ ਉਸਤਾਦ ਦੇ ਮੋਹਤਰਮ ਸ਼ੌਂਕ ਰੱਖਣ ਵਾਲੇ, ਅਲ ਪਤਾ ਪਾਕਿਸਤਾਨ ਪੂਰੇ ਵਿੱਚ ਉਹਨਾਂ ਨੇ ਇੱਕ ਨਾਂ ਆ। ਤਾਂ ਜਨਾਬ ਨੇਜ਼ਾਬਾਜ਼ੀ ਨੇ ਵੀ ਉਹਨਾਂ ਕੀ ਬਹੁਤ ਜ਼ਿਆਦਾ ਸ਼ੌਂਕ ਹੈ। ਇਨਸ਼ਾ ਅੱਲਾਹ ਤਾਲਾ ਜਿਹੜੀ ਆਜ਼ਾਦ ਕਸ਼ਮੀਰ ਨੇ ਚੈਂਪੀਅਨ ਟਰਾਫੀ ਸੀ, ਉਸਨੇ ਉਹ ਜਨਾਬ ਦੂਸਰੇ ਨੰਬਰ ਪਰ ਦੂਸਰੇ ਨੰਬਰ ਪੋਜੀਸ਼ਨ ਆਈ ਹੈ। ਕਿਉਂ ਜੇ ਹੈ ਅਸਾਂ ਪਹਿਲੀ ਬਣਨੀ ਸੀ, ਵਾ ਵਿੱਚ ਥੋੜ੍ਹੀ ਗੜਬੜ ਹੋਈ ਹੈ, ਜਿਸ ਨੇ ਵਜ੍ਹਾ ਤੋਂ ਇਨਸ਼ਾ ਅੱਲਾਹ ਤਾਲਾ ਉਸ ਕਲੱਬ ਨਾ ਮੀਡੀਆ ਮੀਡੀਆ ਯੂਟਿਊਬ ਪਰ ਮੀਡੀਆ ਦੂਏ ਖਾਤੇ ਲਗਾ ਜਾਣਾ ਯੂਟਿਊਬ ਪਰ, ਉਹ ਪੂਰੀ ਸਪੋਰਟ ਮਾੜੀ ਹੈ। ਹੁਣ ਜਨਾਬ ਗੁਲਾਮ ਕਾਠੀ ਸ਼ਾਠੀ ਦੀ ਤਿਆਰੀ ਕਰ ਰਹੇ ਹਾਂ, ਦੁਆ ਨਾ ਪ੍ਰੋਗਰਾਮ ਅਸੀਂ ਤਾਂ ਚੱਲ ਰਹੇ ਹਾਂ ਜਨਾਬ ਇੰਦ ਗੁਲਾਮਾਂ ਸ਼ਲਾਮਾਂ ਬਾਹਰ ਰਹਿਣ। ਇਹ ਅਗਰ ਮਾੜੇ ਪਿੱਛੇ ਕੈਮਰੇਮੈਨ ਨਾਲ ਕੈਮਰਾਮੈਨ ਨਹੀਂ ਆਖਣਾ ਤੱਕ ਹੀ ਸਕਣੇ ਹਾਂ। ਘੋੜੇ ਕੀ ਅਸਾਂ ਬਣੇ ਪਏ ਹਾਂ ਜਨਾਬ, ਕਹਿਣਾ ਉਸਨੀ ਉਹ ਕਿਆ ਚੀਜ਼ ਬਣੇ ਨੇ ਜੀ, ਲਗਾਮ ਬਣੇ ਹੋ ਮੀਂਹ ਕੀ ਤਰ੍ਹਾਂ ਪਤਾ ਤਾਂ ਕੋੜੀ ਨਾ। ਤਾਂ ਜਿਹੜੇ ਜਨਾਬ ਮਾਲਕ ਹਨ ਭਾਈ ਖਾਲਕ, ਉਹ ਵੀ ਮੌਜੂਦ ਹਨ ਮਾਸ਼ਾਅੱਲਾ। ਉਹਨਾਂ ਨਾਲ ਵੀ ਗੱਪ ਹੋਣੀ ਹੈ, ਉਸਤਾਦ ਦੇ ਮੋਹਤਰਮ ਸਾਹਿਬ ਨਾਲ ਵੀ ਗੱਪ ਹੋਣੀ ਹੈ। ਜਿਹੜੇ ਉਸਤਾਦ ਦੇ ਮੋਹਤਰਮ ਅਸਾਂ ਨੇ ਭਾਈ ਮੁਸ਼ਤਾਕ ਹਨ, ਫਿਰ ਦੁਆ ਅਸੀਂ ਇਨਸ਼ਾ ਅੱਲਾਹ ਤਾਲਾ ਖੈਰ ਬਣਨੀ ਹੈ ਇਨਸ਼ਾਅੱਲਾ ਜੀ। ਮਾਸ਼ਾਅੱਲਾ ਤੁਸਾਂ ਕਿਵੇਂ ਬਾਈ ਜਾਣਾ ਘੋੜੇ ਨਹੀਂ ਜਨਾਬ, ਬੱਚਾ ਘੋੜਾ ਆ ਇਨਸ਼ਾਅੱਲਾ, ਇਸਕੀ ਤਿਆਰ ਕਰਨੇ ਪਿਆ ਭਾਈ। ਹਾਂ ਹਾਂ ਦੇਖੋ ਮਾਸ਼ਾਅੱਲਾ, ਹਜ਼ੂਰ ਪਾਕ ਨਹੀਂ ਪਸੰਦੀ ਨਾ ਸਵਾਰੀ ਆ, ਮਗਰ ਇਹ ਚੈੱਕ ਕਰੋ ਇੱਧਰ ਦੇਖੋ ਮਾਸ਼ਾਅੱਲਾ ਸੁਭਾਨ ਅੱਲਾ ਕਿਤਨਾ ਖੂਬਸੂਰਤ ਹੈ। ਤਾਂ ਮਾਲਕ ਵੀ ਦੇਖੋ ਨਾ, ਮਾਲਕ ਅਗਰ ਘੋੜਾ ਸੂਆ ਤਾਂ ਫਿਰ ਮਾਲਕ ਵੀ ਸੂਆ ਹੀ ਹੈ, ਮਾਲਕ ਦਾ ਸਿਰ ਸੂਆ ਦੇਖੋ ਤੁਸਾਂ ਕਿਤਨੀ ਸ਼ੌਂਕ ਆ। ਅਸਲਾਮ ਵਾਲੇਕਮ, ਕਹਿ ਰਹਾ ਠੀਕ ਹੋ ਨਾ ਜੀ? ਠੀਕ ਨਾ, ਮਾਸ਼ਾਅੱਲਾ ਮੁਬਾਰਕ ਹੋਇਆ ਘੋੜੇ ਨੀ। ਇਹ ਦੱਸੋ ਭਾਈ ਖਾਲਕ ਜੀ, ਇਹ ਕਿਤਨੇ ਅਰਸੇ ਤੋਂ ਸ਼ੌਂਕ ਹੈ? ਤਕਰੀਬਨ 9 ਸਾਲ ਹੋਈ, 9 ਸਾਲ ਹੋਈ ਹੈ, ਛੇਵਾਂ ਘੋੜਾ ਆਉਂਦਾ, ਛੇਵਾਂ ਘੋੜਾ ਆਉਂਦਾ। ਤਾਂ ਇਹ ਦੱਸੋ ਜੇ ਕੋਈ ਸਵਾਰੀ ਸਵਾਰੀ ਇਸ ਪਰ ਕਰੀ ਕਿੰਨੇ ਹੋਣਾ? ਤਾਂ ਭਾਈ ਮੁਸ਼ਤਾਕ ਉਧਰ ਗਏ ਨਾ ਸਣੇ। ਇਹ ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ, ਕੀ ਹਾਲ ਹੈ? ਠੀਕ ਹੋ ਜੀ ਮੁਦਰਮ? ਕੀ ਹਾਲ ਹੈ ਜੀ? ਠੀਕ ਹੋ ਜੀ? ਜੀ ਜੀ ਠੀਕ ਠਾਕ, ਅੱਲਾਹ ਦਾ ਸ਼ੁਕਰ। ਗੋਇਆ ਕਿ ਗਾਜ਼ੀ ਮਰਦ ਹੈ, ਇਸ ਨੇ ਪਰ 90 ਸਵਾਰੀਆਂ ਕੀਤੀਆਂ ਨੇ ਬੇਸ਼ੱਕ। ਇਹਨਾਂ ਕੀ ਅੱਛਾ ਮਿਆਰ ਹੈ ਔਰ ਅੱਛਾ ਇਹ ਸ਼ੌਂਕ ਹੈ ਜੀ ਜੀ, ਤੇ ਇਹ ਸੁਨਤ ਹੈ ਰਸੂਲ ਨੇ ਬੇਸ਼ੱਕ। ਹਰ ਇੱਕ ਬੰਦੇ ਕੀ ਸ਼ੌਂਕ ਪੈਦਾ ਹੋਣੀ ਜੀ ਜੀ, ਅੱਲਾਹ ਪਾਕ ਇਸ ਜਨਮਾਂ ਦੀ ਖਿਦਮਤ ਕਰਨਾ ਹਰ ਇੱਕ ਇਨਸਾਨ ਕੀ ਹਿੰਮਤ ਹੈ। ਤਾਂ ਭਾਈ ਭਾਈ ਮੁਸ਼ਤਾਕ ਜੀ, ਇਹ ਦੱਸੋ ਭਾਈ, ਅੱਜ ਜਿਹੜੀ ਤੁਸੀਂ ਦੁਆ ਖੈਰ ਕਰ ਰਹੇ ਹੋ, ਜਿਹੜੀ ਇਸ ਪਰ ਕਾਠੀ ਬਣਨੇ ਹੋ? ਇਸ ਨੇ ਪਰ ਕਾਠੀ ਪਹਿਲੇ ਪਈ ਹੈ, ਸਵਾਰ ਲਗੇ ਰਹੇ ਨਾ ਜੀ ਜੀ, ਅਸੋ ਕਾਠੀ ਕਿਸ ਪਰ ਬਣ ਲਗੇ ਆ? ਅਸੋ ਕਾਠੀ ਬਣ ਲਏ ਭਾਈ ਖਲਾਕ ਪਰ ਬੇਸ਼ੱਕ ਬੇਸ਼ੱਕ। ਅਸੋ ਕੀ ਸ਼ੌਂਕ ਹੈ, ਜਿਹੜਾ ਮਾਲਕ ਹੈ ਆਜ਼ਾਦ ਕਸ਼ਮੀਰ ਨੇ ਅੰਦਰ ਇਹਨਾਂ ਘੋੜੇ ਵਾਲੇ ਕੀ ਕਿਸੇ ਸਵਾਰੇ ਨੇ ਮੁਤਾਜੀ ਨਾ ਹੋਵੇ, ਇਹ ਖੁਦ ਸਵਾਰ ਹੋਣ ਘੋੜੇ ਨੇ ਮਾਲਕ, ਤੇ ਹਰ ਜਗ੍ਹਾ ਪਿੜਾ ਚ ਮਾਲਕ ਨੂੰ ਨਾ ਬੋਲੇ, ਬਿਲਕੁਲ ਮਾਲਕ ਬਈ ਦਾ ਘੋੜਾ ਦਬਾ ਬੇਸ਼ੱਕ ਬੇਸ਼ੱਕ। ਅਸੋ ਕੀ ਸਾਡੀ ਸ਼ੌਂਕ ਇਹ ਆਜ਼ਾਦ ਕਸ਼ਮੀਰ ਨੇ ਅੰਦਰ ਵੈਸੇ ਪਿਆਰ ਮੁਹੱਬਤ ਨਾਲ ਭਾਵੇਂ 10 ਸਵਾਰ ਬੁਲਾਉਣ,
ਲੇਕਿਨ ਇਹਨੇ ਕੀ ਲਾਜ਼ਮੀ ਸਵਾਰ ਆਪੂ ਹੋਣਾ ਚਾਹੀਦਾ। ਭਾਈ ਖਾਲਕ ਜੀ ਕਿਆ ਆਖਣੇ ਹੋ ਇਹ ਹੁਣ ਇਨਸ਼ਾਅੱਲਾ, ਭਾਈ ਖਲਾਕ ਜੀ ਹੁਣ ਤੁਸੀਂ ਕਿਆ ਆਖਣੇ ਹੋ ਜੀ ਹੁਣ ਬਜਰੀ ਭਾਈ ਮੁਸ਼ਤਾਕ ਗੱਲ ਪਾਈ ਹੈ ਭਾਈ ਖਲਾਕ ਜੀ ਅਮਲ ਕਰ ਸਕ ਜੀ ਜੀ ਇਨਸ਼ਾਅੱਲਾ ਜਾ ਕੋਈ ਵੀ ਚੀਜ਼ ਆ ਉਸਨੂੰ ਉਸਤਾਦ ਆਉਣਾ ਹੀ ਆਉਣਾ ਉਸਤਾਦ ਜ਼ਰੂਰੀ ਹੈ ਉਸਤਾਦ ਦਾ ਕੰਮ ਅਸੀਂ ਬਰਕਤ ਪਈ ਹਾਂ ਚਲੋ ਜੀ ਹੁਣ ਦੋਸਤੋ ਹੁਣ ਥੋੜ੍ਹੀ ਦੇਰ ਬਾਅਦ ਦੁਆ ਮੰਗਣੇ ਆ ਤਾਂ ਫਿਰ ਤੁਸਾਂ ਕੀ ਕਾਠੀ ਪੇਸੀ ਤਾਂ ਥੋੜ੍ਹਾ ਟੋ ਟਾਰਾ ਵੀ ਅਰੇ ਆਜ਼ਾਦ ਕਸ਼ਮੀਰ ਨੇ ਲੋਕਾਂ ਕੇ ਅਰਜ਼ ਹੈ ਦੋਸਤਾਂ ਕੇ ਲੋਕ ਨਹੀਂ ਤੁਸਾਂ ਮਾੜੇ ਭਰਾ ਹੋ ਮੈਂ ਕਈਆਂ ਲੋਕਾਂ ਨਾਲ ਪੁੱਤਰਨ ਜਗਾਇਆ ਬੇਸ਼ੱਕ ਕਈਆਂ ਨਾਲ ਭਰਾ ਆ ਕਈਆਂ ਨਾਲ ਸੰਗੀ ਆ ਜੀ ਜੀ ਮੈਂ ਇਹ ਤੁਸਾਂ ਕੀ ਮੈਸੇਜ ਦੇਣਾ ਹੀ ਚਾਹੁੰਦਾ ਹਾਂ 10 ਲੱਖ ਨੂੰ ਘੋੜਾ ਸਾਨੇ ਆ 20 ਲੱਖ ਨੂੰ ਘੋੜਾ ਆਨੇ ਆ ਕਰੋੜਾਂ ਰੁਪਈਏ ਨੇ ਵੀ ਘੋੜਾ ਆਜ਼ਾਦ ਕਸ਼ਮੀਰ ਨੇ ਲੋਕ ਆਨੇ ਨੇ ਜੀ ਜੀ ਲੇਕਿਨ ਕਿਹਾ ਕਿ ਅਸਾਂ ਘੋੜਾ ਆਣੀ ਕਹਿ 50,000 ਵੀ ਫੀਸ ਦੇਣੇ ਆ 20 ਵੀ ਦੇਣੇ ਆ 30 ਵੀ ਦੇਣੇ ਆ ਲੇਕਿਨ ਲਾਜ਼ਮੀ ਤੁਸਾਂ ਕੀ ਆਪਣਾ ਸ਼ੌਂਕ ਆਪਣਾ ਦਿਲ ਮੁਤਮਿਨ ਕਰਤਾ ਆਪਣੇ ਗਾਜ਼ੀ ਮਰਦ ਪਰ ਸਵਾਰੀ ਆਪੂ ਤੁਸਾਂ ਕਰੋ ਹਾਂ ਜੀ ਜੀ ਸਵਾਰ ਤੋਂ ਦੋ ਬਿਠੋ ਕੋਈ ਪਰਵਾਹ ਨਹੀਂ ਲੇਕਿਨ ਭਿੜਨ ਵਿੱਚ ਜਿਹੜਾ ਮਾਲਕ ਬੈਠਿਆ ਹੋਇਆ ਜਾਇਦ ਕੀ ਪਤਾ ਲਾਇਆ ਕਿ ਫਲਾਣਾ ਮਾਲਕ ਹੈ ਘੋੜੇ ਨੂੰ ਬੈਠਿਆ ਜੀ ਜੀ ਸਾਡੀ ਜਨਾਬ ਰਿਕੁਐਸਟ ਹੈ ਹਰ ਬੰਦੇ ਕਾ ਅਗਰ ਕਿਸੇ ਸਾਡੇ ਨਾਲ ਨਾਰਾਜ਼ ਹੈ ਤੋਂ ਵੀ ਜੇ ਅਗਰ ਨਹੀਂ ਕੋਈ ਨਾਰਾਜ਼ ਤੋਂ ਵੀ ਅਸਾਂ ਸਾਰੇ ਦੋਸਤਾਂ ਕੇ ਪੈਗਾਮ ਦੇਣੇ ਕਿ ਦੋਸਤੋ ਆਪਣੀ ਚੀਜ਼ਾਂ ਪਰ ਆਪ ਸਵਾਰੀ ਕਰੋ ਤਾਂ ਭਾਈ ਮੁਸ਼ਤਾਕ ਜੀ ਜਦੋਂ ਸਵਾਰ ਇਸ ਪਰ ਬਹਿ ਵਜ਼ੂ ਕੀਤੇ ਆਵਾ ਬਾਬਾ ਇਨਸਾਨ ਕੀ ਬਣਨਾ ਚਾਹੀਦਾ ਸਾਡੇ ਨਬੀ ਨੇ ਸਵਾਰੀ ਹੈ ਹਮੇਸ਼ਾ ਲੇਕਿਨ ਕਿਆ ਬਈ ਵਜ਼ੂ ਜ਼ਰੂਰ ਹੈ ਜੀ ਜੀ ਵਜ਼ੂ ਕਰੀ ਕਿਆ ਵਜ਼ੂ ਤੋਂ ਬਗੈਰ ਕਦਾ ਨਹੀਂ ਬਹਿਣਾ ਚਾਹੀਦਾ ਸਵਾਰ ਹੈ ਤਾਂ ਫਿਰ ਅੱਲਾਹ ਤਾਲਾ ਇਨਸ਼ਾਅੱਲਾ ਕਿਸੇ ਪੀੜਾ 'ਚ ਵੀ ਜੋ ਤਾਂ ਇਨਸ਼ਾਅੱਲਾ ਤਾਲਾ ਕਿਸੇ ਪੀੜਾ ਬੇਸ਼ੱਕ ਬੇਸ਼ੱਕ ਤਾਂ ਭਾਈ ਖਲਾਕ ਇਹ ਗੱਲ ਬਣੇ ਪੈਣ ਇਨਸ਼ਾਅੱਲਾ ਤਾਲਾ ਵਜ਼ੂ ਕਰੀ ਬੋ ਘੋੜੇ ਕੀ ਵੀ ਆ ਇਨਸ਼ਾਅੱਲਾ ਤਾਂ ਕੀ ਸਕਣੇ ਹੋ ਖਿਦਮਤ ਖਾਤਰ ਕਰ ਰਹੇ ਨੇ ਜਨਾਬ ਇਹ ਪੈਰ ਸ਼ਰ ਧੋਣੇ ਪਏ ਹੋ ਦੋਸਤੋ ਜਨਵਾਰ ਅਗਰ ਰੱਖੋ ਨਾ ਉਸਨੇ ਖਿਦਮਤ ਕਰ ਭਾਈ ਖਲਾਕ ਤੱਕੋ ਹੁਣ ਤੁਸਾਂ ਇਹ ਮਾਲਕ ਹੋਈ ਤਾਂ ਕੋਈ ਸ਼ਾਨ ਕੀ ਫਰਕ ਨਹੀਂ ਪੈਣਾ ਤਾਂ ਜੇ ਅਗਰ ਇਸ ਉੱਪਰ ਬੇਸੋ ਦਾ ਨਖਰਾ ਤਕਸੋ ਜਦੋਂ ਤਾਂ ਆਪਣਾ ਆਪੇ ਬੈਠੇ ਹੋ ਭਾਈ ਮੁਸ਼ਤਾਕ ਜੀ 2 ਕਰੋੜ ਦੀ ਗੱਡੀ ਹੋਵੇ ਨਾ ਤਾਂ ਲੋਕ ਨਹੀਂ ਤੱਕਣੇ ਠੀਕ ਹੈ ਤਾਂ ਆਈਆਈ ਨੇ ਘੋੜੇ ਪਰ ਜਦੋਂ ਸਵਾਰੀ ਹੋਇਆ ਤਾਂ ਮਾਸ਼ਾਅੱਲਾ ਸੁਭਾਨ ਅੱਲਾ ਤਾਂ ਭਾਈ ਖਲਾਕ ਇਨਸ਼ਾਅੱਲਾ ਤਾਲਾ ਹੁਣ ਇਸ ਕੀ ਵਜ਼ੂ ਸ਼ੁਜ਼ੂ ਕਰਾਈ ਰਹੇ ਹੁਣ ਥੋੜ੍ਹੀ ਦੇਰ ਬਾਅਦ ਬਹਿਣੇ ਆ ਜਨਾਬ ਇਸ ਪਰ ਤੋਰਾ ਫੇਰਾ ਵੀ ਤੱਕਣੇ ਆ ਦੁਆ ਮੰਗਣੇ ਆ ਦੁਆ ਦਾ ਜਨਾਬ ਮਠਿਆਈ ਆਉਂਦੀ ਆ ਇਨਸ਼ਾਅੱਲਾ ਤਾਲਾ ਕੋਲ ਖਲੀ ਦਾ ਇਹ ਉੱਥਾ ਕੋਲ ਰੱਖੋ ਜੀ ਨਾਲ ਦੁਆ ਮੰਗਾਂ ਇੱਕ ਮੁੰਡੇ ਕੀ ਭੜਕਾਉਣਾ ਤਾਂ ਫਿਰ ਸਮਾਨ ਸ਼ਮਾਨ ਬਣਨੇ ਹੋ ਕਾਠੀ ਬਣੇ ਆ ਅੱਲਾ ਤਾਲਾ ਕਰਮ ਕਰਾ ਜਨਾਬ ਇਹਨਾਂ ਦੀਆਂ ਸ਼ੌਂਕਾਂ ਪੂਰੀਆਂ ਕਰਾ ਦਾ ਜਨਵਾਰ ਕੀ ਅੱਲਾ ਜ਼ਿੰਦਗੀ ਦੇ ਦਾ ਮੁੰਡੇ ਜਿਹੜੇ ਨਾਲ ਫਿਰਨੇ ਨਾ ਸਣੇ ਇਹਨਾਂ ਕੀ ਵੀ ਜਨਾਬ ਅੱਲਾ ਤਾਫੀਕ ਦਾ ਸ਼ੌਂਕ ਸ਼ਾਂਕ ਰੱਖ ਰਹੇ ਜ਼ਿੰਦਗੀ ਸ਼ੌਂਕ ਸ਼ਾਂਕ ਬੜੀ ਚੀਜ਼ ਹੋਣੀ ਹੈ ਪੈਸਾ ਹਰ ਚੀਜ਼ ਨਹੀਂ ਹੈ ਕਿਆ ਸਮਝੋ ਜੀ ਭਾਈ ਮੁਸ਼ਤਾਕ ਭਾਈ ਖਲਾਕ ਹੀ ਬੜਾ ਪਿਆਰਾ ਸ਼ੌਂਕ ਹੈ ਘੋੜੇ ਨਾ ਮਾਲਕ ਹੈ ਬੰਦਾ ਪਾਣੀ ਆਉਣਾ ਜੀ ਪਾਣੀ ਆਉਣਾ ਨਾਲ ਆ ਯਾਰ ਘੋੜੇ ਨੇ ਮਾਲਕ ਨੂੰ ਮੁੱਛਾਂ ਤੱਕੀਆਂ ਨੇ ਸੁਰਜੀ ਤੱਕੀ ਹੈ ਜੀ ਜੀ ਨਾ ਭਾਈਓ ਨਾ ਆਪਣੇ ਘੋੜੇ ਨੇ ਪੈਰ ਸਾਫ ਕੀਤੇ ਨਾ ਬੇਸ਼ੱਕ ਪਾਣੀ ਵਿੱਚ ਹੱਥ ਮਾਰਿਆ ਬੇਸ਼ੱਕ ਲੇਕਿਨ ਕਿਆ ਹੁਣ ਮਾੜੇ ਘਰ ਸ਼ੇਰੀ ਹੈ ਮਾੜਾ ਜ਼ਿਲ੍ਹਾ ਆ ਮਾੜੀ ਜਗ੍ਹਾ ਆ ਤਹਿਸੀਲ ਹੈ ਇਹ ਘੋੜਾ ਤਿਆਰ ਕਰਨੇ ਨੇ ਪੇ ਤੇ ਜਨਾਬ ਪਾਣੀ ਵਿੱਚ ਹੱਥ ਮਾਰਨੇ ਨੇ ਪੇ ਤਾਂ ਮੁਸ਼ਤਾਕ ਹੋਰ ਕਿ ਸਾਫ ਕਰਕੇ ਦੇਣ ਲੱਗੇ ਤਾਂ ਮੁਸ਼ਤਾਕ ਹੋਰ ਬਹਿਣ ਲੱਗੇ ਨੇ ਲੇਕਿਨ ਮਜ਼ਾ ਇਸ ਚੀਜ਼ ਕੀ ਆ ਇਹ ਆਪੂ ਸਫਾਈ ਕਰ ਤਾਂ ਆਪੂ ਚਮਕੀਦਾ ਘੋੜੇ ਬਣ ਇਨਸ਼ਾਅੱਲਾ ਉਸਤਾਦ ਜੀ ਤੁਸੀਂ ਆਈ ਹੋ ਨਾ ਤੁਸੀਂ ਹੁਣ ਇੱਕ ਇਹਨਾਂ ਕੀ ਦੋਵਾਂ ਵਿੱਚ ਜਨਾਬ ਯਾਦ ਰੱਖਣਾ ਆ ਤਾਂ ਹਰ ਇੱਕ ਬੰਦੇ ਕੀ ਮੈਸੇਜ ਹੈ ਸਾਡੇ ਆਪਣਾ ਘੋੜਾ ਪਰ ਬੱਚੇ ਤਿਆਰ ਕਰੋ
ਆਜ਼ਾਦ ਕਸ਼ਮੀਰ ਵੀ ਕਿਸੇ ਮੁਕਾਮ ਪਰ ਪਹੁੰਚਿਆ। ਵੈਸੇ ਤਾਂ ਨਾਲ ਖਲੋ ਗਿਆ, ਸਾਡਾ ਡਡਿਆਲ ਹੈ, ਸਾਡਾ ਮੀਰਪੁਰ ਹੈ, ਬੇਸ਼ੱਕ ਟਕਸਵਾਰੀ ਹੈ, ਪੰਜੇੜਾ ਆ, ਸਿਰਸਾਵਾ ਆ, ਕਿ ਅਸੀਂ ਵੀ ਕਿਸੇ ਨਾਲ, ਸਾਡੇ ਬੱਚੇ ਵੀ ਕੱਲ੍ਹ ਉੱਠੀ ਤਾਂ ਕਿਸੇ ਨਾਲ ਮੁਕਾਬਲਾ ਕਰਨ ਵਾਸਤੇ ਅਸੀਂ ਦੁਆ ਗੋਹੇ ਇਹਨਾਂ ਬੱਚਿਆਂ ਵਾਸਤੇ। ਜੀ ਜੀ, ਦੁਸ਼ਮਣ ਨੇ ਬੱਚੇ ਨੂੰ ਸੋਚਣ ਵਾਸਤੇ ਦੁਆ ਕਰਨੀ, ਬੇਸ਼ੱਕ ਬੇਸ਼ੱਕ ਜੀ। ਕਾਠੀ ਆਉਂਦੀ ਹੈ, ਕਾਠੀ ਹੁਣ ਬਣਨੇ ਆ। ਇਹ ਉਸਤਾਦ ਔਰ ਇਹ ਦੱਸਣ ਨੇ ਨਾ, ਇਹ ਥੋੜ੍ਹਾ ਬਾਈ ਆ, ਜਿਹੜੀ ਨਰਮ ਜਿਹੜੀ ਕਾਠੀ ਆ ਥੱਲੇ ਵਾਲੀ, ਉਸਕੀ ਫਿਰ ਬਹਿ ਆਉਣੇ। ਮਾਸ਼ਾ ਅੱਲਾ, ਚੈੱਕ ਕਰੀ ਸਕਦੇ ਹੋ ਜੀ ਪੱਲਾ। ਅਸਾਂ ਇਸਨੇ ਜ਼ਰਾ ਕਲਾ ਬਣਾਈ, ਇੱਕ ਫੰਕਸ਼ਨ ਹੋਣਾ, ਪੱਲਾ ਹੋਣਾ, ਇਹ ਤੱਕੀ ਸਕਦੇ ਹੋ। ਇਹ ਅਸਾਂ ਹੁਣ ਬਣੇ ਪਏ ਹਾਂ ਜਨਾਬ, ਇਹ ਮਾਲਕ ਨਾਲ ਲੱਗੀ ਪੇ ਪੱਲੇ ਛੱਲਿਆ ਤਾ। ਇਹ ਹੋਣਾ ਇਸ ਨੇ ਜਨਾਬ ਛਾਣ ਪੱਲੇ ਨਹੀਂ, ਛਾਣ ਨਾ ਜੇ ਅਗਰ ਸਿਰਾ ਪਰ ਹੋਵੇ, ਪੱਗ ਨਾ ਹੋਵੇ, ਤਾਂ ਫਿਰ ਗੱਲਾਂ ਨਹੀਂ ਹੋਣੀਆਂ ਭਾਈ। ਖਲਾਕ ਜਨਾਬ ਹੈ ਹੁਣ ਕਾਠੀ, ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਯਾ ਅੱਲਾ ਕਰਮ ਕਰ। ਅਤੇ ਇਹ ਸ਼ੌਂਕਾਂ ਵਾਲੇ ਜਵਾਨ ਹਨ ਜਿਹੜੇ, ਅਤੇ ਜਨਾਬ ਅੱਲਾ ਕਬੂਲ ਕਰਿਆ ਇਹਨਾਂ ਨੇ, ਮਾਸ਼ਾ ਅੱਲਾ ਜੀ। ਇਹ ਅਸਾਂ ਆਪਣੇ ਵੀਰਾਂ ਭਰਾਵਾਂ ਕੀ ਇਹ ਗੱਲ ਦੱਸਣੇ ਹਾਂ ਦੋਸਤੋ, ਤਰੀਕਾਕਾਰ ਕਿਆ ਆ। ਕੋਈ ਵੀ ਅਗਰ ਜਾਨਵਰ ਆ, ਮੰਜ ਛੰਜ ਕਟਾ ਛਟਾ ਰੱਖਿਆ, ਉਸਕੀ ਵੀ ਇਹ ਨਹੀਂ ਮੂਰੀ ਬੰਨੀ ਜੋੜੋ, ਤੁਸੀਂ ਕੱਖਣਾ ਦਿਓ ਉਸਕੀ ਵੀ। ਅਤੇ ਮਾਸ਼ਾ ਅੱਲਾ, ਥੋੜ੍ਹਾ ਬਹੁਤਾ ਲਾਉਣਾ ਪੈਣਾ ਹੁਣ ਇਸਕੇ। ਮਾਸ਼ਾ ਅੱਲਾ, ਮਾਸ਼ਾ ਅੱਲਾ ਜੀ, ਕਿਆ ਬਾਤ ਹੈ ਜੀ। ਕਾਠੀ ਛਾਠੀ ਬਣਨੇ ਪਏ ਹੁਣ ਥੋੜ੍ਹੀ ਦੇਰ ਬਾਅਦ ਦਵਾ ਅਸੀਂ ਮੇਰੇ ਵੀਰੋ ਭਰਾਵੋ ਤੱਕਣ ਵਾਲੇ, ਬਹੁਤ ਸ਼ੁਕਰੀਆ। ਤੱਕਿਆ ਕਰੋ ਗੌਰ ਨਾਲ, ਪੂਰੀ ਪੂਰੀ ਵੀਡੀਓ ਤੱਕਿਆ ਕਰੋ, ਕੁਛ ਟਾਈਮ ਮਾੜੀ ਵੀ ਫਿਰਕੀ ਕੰਮ ਕਰਨੀ ਹੋਣੀ ਹੈ, ਚੰਗੀ ਗੱਲ ਨਿਕਲੀ ਜਾਣੀ ਹੈ। ਬਾਤ ਕਾ ਤੋਣਾ ਇਨਸਾਨ ਜਨਾਬ, ਗੱਲ ਕਰਨੇ ਕਰਨੇ ਕੋਈ ਨਾ ਕੋਈ ਚੰਗੀ ਗੱਲ ਨਿਕਲੀ ਜਾਣੀ ਹੈ, ਜਿਹੜੀ ਅੱਲਾ ਤਾਲਾ ਜਾਣੇ ਪਾਉਣਾ। ਤਾਂ ਇਹਦਾ ਹਜ਼ੂਰ ਪਾਕ ਨੇ ਪਸੰਦੀ ਨਾ ਸਵਾਰੀ ਹੈ, ਉਸ ਦੌਰੀ ਜਿਹੜੀਆਂ ਜੰਗਾਂ ਹੋਣੀਆਂ ਸਨ, ਘੋੜਿਆਂ ਦੀਆਂ ਜੰਗਾਂ ਹੋਣੀਆਂ ਸਨ, ਇਹ ਤੋਪਾਂ ਵਾਲੀਆਂ ਜੰਗਾਂ ਸਨ ਹੋਣੀਆਂ। ਅਸਾਂ ਲੋਕ ਹੁਣ ਗੋਲਾ ਮਾਰ ਰਹੇ ਤਾਂ ਇੰਡੀਆ ਇੱਥੇ ਤਾਂ ਆਉਣੇ ਸ਼ਹੀਦ ਹੋਈ ਆ, ਇੰਡੀਆ ਵਾਲਾ ਉਹ ਲਾਉਣੇ ਸਨ, ਤਲਵਾਰਾਂ ਦੀਆਂ ਜੰਗਾਂ ਹੋਣੀਆਂ ਸਨ, ਤਾਂ ਇਹਨਾਂ ਘੋੜਿਆਂ ਪਰ ਜੰਗਾਂ ਹੋਣੀਆਂ ਸਨ। ਤਾਂ ਅੱਜ ਚਲੋ ਅੱਲਾ ਖਿਆਲ ਕਰੇ। ਇਹ ਵੀ ਬੜੀ ਟ੍ਰਿਕ ਹੋਣੀ ਆ ਦੋਸਤੋ, ਇਹ ਬਿਲਟ ਅਗਰ ਆੜ ਗਿਆ ਤਾਂ ਉਸਤਾਦ ਔਰ ਹੁਣ ਬਿਲਟ ਕੀ ਬਣਨੇ ਪਏ। ਅਗਰ ਇਹ ਬਿਲਟ ਨਾ ਵੱਜੇ ਤਾਂ ਘੋੜਾ ਅੱਗੇ ਹੋਣਾ ਤਾਂ ਸਵਾਰ ਪਿਛਲੇ ਸਿਰਿਓਂ ਬਾਹਰ ਹੋਣਾ ਆ, ਉਸਦੀਆਂ ਡਬਰੇਕਾਂ ਖਤਮ ਹੋ ਜਾਣੀਆਂ ਘੋੜੇ ਦੀਆਂ। ਇਹ ਵੀ ਬੜਾ ਤਰੀਕਾ ਹੈ ਬਿਲਟ ਬਣੇ ਨਾ, ਉਸਤਾਦ ਦੱਸਣਾ ਪਿਆ ਹੈ ਭਾਈ। ਖਲਾਕ ਤੱਕਣੇ ਪਏ ਨਾ, ਜੇ ਕੁਦਾ ਯਕਦਮ ਬਾਤ ਕਰ ਨੇਜ਼ਾ ਪੱਟਣੇ ਪੈਣੇ, ਕਾਠੀ ਹੱਲੀ ਜਾਏ ਤਾਂ ਬਣਨਾ ਪੈਣਾ ਸਮਝੋ। ਇਹ ਇੱਕ ਅਸਾਂ ਡੇਰਾ ਆ, ਜਿਸ ਡੇਰੇ ਪਰ ਜਨਾਬ ਅਸਾਂ ਘੋੜਾ ਛੋੜਾ ਬੱਧਿਆ, ਉਹ ਅਸਾਂ ਨੇ ਵਾਦੀਏ ਬਰਾਣੀ ਰੌਣਕ ਜੀ ਕੀਮ ਅਕਸਰ ਸਾਈਂ ਸਾਹਿਬ, ਸਾਈਂ ਸਾਹਿਬ ਨਾ ਜੀ। ਤਾਂ ਮਾਸ਼ਾ ਅੱਲਾ ਜੀ, ਉਹਨਾਂ ਨੇ ਡੇਰਾ ਆ ਜਨਾਬ ਇੱਥੇ, ਇੱਥੇ ਕਬੂਤਰ ਵੀ ਰੱਖੇ ਜਾਣੇ, ਚਿੱਟੇ ਕੁੱਕੜ ਵੀ ਰੱਖੇ ਗਿਣਾ ਤੱਕਣੇ, ਕੜਾ ਕੀ ਸਾਹਿਬ ਤਾੜੀਆਂ ਮਾਰ ਰਹੇ, ਕਬੂਤਰ ਉੱਡਣੇ ਆਵੇ ਦੋਸਤ, ਸੀਨੇ ਮੈਂ ਤਾੜੀ ਮਾਰੀ ਉੱਡਣੇ ਕਬੂਤਰ। ਮਾਸ਼ਾ ਅੱਲਾ ਇੱਧਰ ਅੰਦਰ ਹੋਰ ਜਨਵਾਰ ਵੀ ਬੜੇ ਪਿਆਰੇ ਪਿਆਰੇ ਰੱਖੇ ਨੇ। ਇਹ ਕੋਈ ਪਾਕਿਸਤਾਨੀ ਡੇਰਾ ਕੋਣੀ, ਪੰਜਾਬੀ ਡੇਰਾ ਕੋਣੀ, ਇਹ ਅਸਾਂ ਆਜ਼ਾਦ ਕਸ਼ਮੀਰ ਖਰੋਟਾ ਬਿਲਕੁਲ ਅਸਾਂ ਘਰਾਂ ਨੇ ਕਰੀਬ ਹੈ ਜਨਾਬ, ਨਿੱਕੇ ਆਪਣੇ ਨੇ ਮਾਸ਼ਾ ਅੱਲਾ ਜਨਾਬ, ਜਿਹੜੇ ਇੱਥੇ ਡੇਰੇ ਪਰ ਇਹਨਾਂ ਜਾਨਵਰਾਂ ਦੀ ਖਿਦਮਤ ਕਰਨੇ। ਇਹ ਕਬੂਤਰ ਕੁੱਕੜ ਤੱਕੋ ਤੁਸੀਂ, ਚਿੱਟਾ ਕੁੱਕੜ, ਚਿੱਟਾ ਕੁੱਕੜ ਮਡੇਰੇ 'ਤੇ।
ਤਾਂ ਕਿਹਾ ਦੋਸਤੋ ਮਾਲਕ ਨਾ ਤਾਂ ਘੋੜੇ ਨਾਲ ਸਿਰ ਮਿਲਣਾ ਤਾਂ ਕਹਿਣਾ ਸੁਆ ਸੁਆ ਪੈ ਖਲਾਕ ਥੋੜਾ ਸਾ ਦਵਾ ਬਗੜਿਆ ਜੀ ਨਹੀਂ ਦਿਮਾਗਾ ਭਰਿਆ ਸੁਰਖ ਘੋੜਾ ਤੁਸੀਂ ਆਪਣੇ ਨਾਲਾਂ ਨਾਲ ਆਉਂਦਾ ਹੈ ਤਾਂ ਕੱਪੜੇ ਵੀ ਤੁਸੀਂ ਇਹ ਨੇ ਲਾਏ ਹੋਏ ਨੇ ਦੋਸਤੋ ਇਹ ਦੇਖੋ ਮੈਚ ਕਰੀ ਘੋੜੇ ਨੇ ਤਾਂ ਪੈ ਖਲਾਕ ਨੇ ਕੱਪੜੇ ਇੱਕ ਜੇ ਮਿਲਣੇ ਨੇ ਬਾਲ ਵੀ ਦੇਖੋ ਮੁੱਛ ਨਾ ਗਾਲੀ ਰੱਖੀ ਆ ਮੁੱਛ ਨਹੀਂ ਤਾਂ ਕੁਛ ਨਹੀਂ ਦਾੜੀ ਨਹੀਂ ਤਾਂ ਯਾਰੀ ਨਹੀਂ ਸਿਰ ਨਹੀਂ ਤਾਂ ਕੁਛ ਨਹੀਂ ਇਹ ਆ ਥੱਲਾ ਜਨਾਬ ਹੁਣ ਅਸਾਂ ਵੈਸ ਬਣਨਾ ਪਿਆ ਖਿਆਲ ਆ ਕੜੀਆਂ ਆ ਤੱਕੀ ਸਕਦੇ ਹੋ ਜੀ ਬੜੀ ਕਿਸਮਤ ਨਹੀਂ ਹੈ ਚਾਰ ਨੌਜਵਾਨ ਬਹਾਦਰ ਸ਼ੇਰ ਲਗੇ ਨੇ ਉਸਤਾਦ ਏ ਮੋਹਤਰਮ ਭਾਈ ਮੁਸ਼ਤਾਕ ਕੜੀਆਂ ਛੜੀਆਂ ਬਣਨੇ ਬਹੁਤ ਸ਼ੌਂਕ ਹੈ ਹਾਂ ਭਾਈ ਖਲਾਕ ਜੀ ਇਹ ਦੱਸੋ ਇਸ ਤਰ੍ਹਾਂ ਕਿਤਨਾ ਸਾਰਾ ਜ਼ੇਬਰ ਹੋਣਾ ਹੈ ਮੁੰਦਰੀ ਕਣਾ ਮਾਣਾ ਜ਼ੇਬਰ ਇਸ ਤਰ੍ਹਾਂ ਇਹ ਮੁਖਣਾ ਹੀ ਨਹੀਂ ਨੋ ਜੀ ਬੜੇ ਇਸ ਜ਼ੇਵਰਾਤ ਹੋਣਗੇ ਅੱਛਾ ਯਾਰ ਅੱਗੇ ਲੋ ਅੱਛਾ ਸਵਾਰੀ ਲੈ ਪੂਰਾ ਇਸ ਸੰਗਾ ਤਾਂ ਬਣੇ ਨਾ ਵਕਤੀ ਜੀ ਜੀ ਨਾਰ ਪੂਰਾ ਬਣੇ ਮੇਲੇ ਖਣੇ ਜੀ ਜੀ ਦੋਸਤੋ ਗੱਲ ਸਾਣੀ ਆ ਕਰੋੜਾਂ ਰੁਪਏ ਨਾ ਤੁਸਾਂ ਕੋਲ ਕੋਈ ਫਾਇਦਾ ਨਹੀਂ ਇੱਕ ਘੋੜੇ ਨਹੀਂ ਟੋਰ ਤੱਕ ਇਹਦਾ ਮਿੱਤਰ ਛੱਡਣੇ ਹੋਣੇ ਵਿੱਚ ਬੈਠਦਾ ਇਸ ਲਈ ਆਪਣੀ ਇੱਕ ਟੋਰ ਆ ਜੇਕਰ ਤੁਸਾਂ ਕੋਲ ਪੰਜ ਪਰਾਟ ਹੋਣ ਚਾਰ ਪਰਾਟ ਹੋਣ ਕਿਸਾ ਕਾਰੀ ਨਹੀਂ ਮਗਰ ਇੱਧਰ ਦੋਸਤੋ ਇੱਧਰ ਚੈੱਕ ਕਰੋ ਮਿੱਤਰਾਂ ਨਹੀਂ ਟੋਰ ਵੇਖੋ ਇਹ ਕਹਿਣਾ ਆ ਜੇ ਅੱਲਾ ਤਾਲਾ ਖੈਰ ਕਰੇ ਨਾ ਤਾਂ ਜਨਾਬ ਇਸ ਕੀ ਜਦੋਂ ਇਹ ਫੇਰ ਸਨ ਤਾਂ ਲੋਕ ਤਕਸਨ ਹਾਂ ਠੀਕ ਹੈ ਮਾਲਕ ਹੈ ਹੁਣ ਦੁਆ ਮੰਗਣੇ ਹਾਂ ਜੀ ਦੋਸਤੋ ਅੱਲਾ ਕਰਮ ਕਰਾ ਕਾਠੀ ਪਾਈ ਆਉਜ਼ ਬਿਲਾਹ ਮਿਨ ਸ਼ੈਤਾਨ ਰਜੀਮ ਬਿਸਮਿਲਲਾਹਿ ਰਹਿਮਾਨਿ ਰਹੀਮ ਕੁਲ ਅੱਲਾ ਹਦ ਅੱਲਾ ਸਮਦ ਲਮੀ ਬਿਜ਼ਨਾ ਮੀ ਰਾਜ ਨਮੀ ਕੁਲ ਹੁਨ ਕੋ ਹੁਨ ਹਦ ਕੁਲ ਅੱਲਾ ਹਦ ਅੱਲਾ ਸਮਦ ਲਮੀ ਬਿਜ਼ਨਾ ਮੀ ਰਾਜ ਨਮੀ ਕੁਲ ਹੁਨ ਕੋ ਹੁਨ ਹਦ ਕੁਲ ਅੱਲਾ ਹਦ ਅੱਲਾ ਸਮਦ ਸਲਾਮ ਅੱਲਾਹੁ ਬਾਰਿਕ ਲਾ ਹਮਦ ਲਿਲਾਹ ਅਲੈ ਮਹਦੀ ਕੁ ਮਸਲੇ ਤੋਲਾ ਲੇ ਬਹਿ ਮੈਂ ਨਾ ਕਹਾ ਨੀ ਤੋ ਮੈਂ ਜੀਤ ਸਲੇ ਲਾ ਹਮਦ ਲਿਲਾਹ ਅਲੈ ਯਾ ਮਲਾ ਕਰੀਮ ਜੀ ਇਸ ਅੱਜ ਇਹ ਤੇ ਦੁਆ ਮੰਗੀ ਦੀਆਂ ਜੀ ਅੱਲਾ ਇਸ ਮੇਂ ਪੈ ਖਲਾਕ ਨੀ ਅੱਲਾ ਤਾਲਾ ਖੁਸ਼ੀਆਂ ਕਬੂਲ ਕਰੀ ਯਾ ਅੱਲਾ ਇਹਨੇ ਕਿ ਚੰਗਾ ਸਵਾਰ ਬਣਾਈ ਯਾ ਅੱਲਾ ਜਿਹੜੀ ਅਛਾਨੀਆਂ ਪਰੇਸ਼ਾਨੀਆਂ ਦੂਰ ਕਰੀ ਯਾ ਅੱਲਾ ਇੱਕ ਸ਼ੌਂਕ ਹੋਣਾ ਜੀ ਅੱਲਾ ਹਜ਼ੂਰ ਪਾਕ ਨੇ ਪਸੰਦ ਦੇਣਾ ਸਵਾਰੀ ਯਾ ਅੱਲਾ ਤੂੰ ਰਹੀਮ ਹੈ ਜੋ ਕਰੀਮ ਹੈ ਤੇਰਾ ਜ਼ਾਤ ਪਾਕ ਨੇ ਹਰ ਬੰਦੇ ਨੇ ਪਰੇਸ਼ਾਨੀ ਯਾ ਰਹੀਮ ਸੋਲੇ ਲਾਖ ਏਕਰ ਸਹੀ ਅਜਮੇਰ ਕਿਆ ਰਹਿਮਤ ਰਹਿਮਤ ਲਿਲਾਹ ਖਾਵੇ ਜੋਣਾ ਦੁਆੜੀ ਮਠਿਆਈ ਦਾ ਕਰਮ ਕਰ ਪਾਏ ਖਲਾਕ ਪਰ ਵੀ ਕਰਮ ਕਰਦਾ ਅਸਣੇ ਵੀ ਇੱਜ਼ਤ ਬੇਇੱਜ਼ਤੀ ਨਾ ਮਸਲਾ ਹੋਣਾ ਅਸਣੇ ਵੀ ਇੱਜ਼ਤ ਤੂੰ ਰੱਖਸੇ ਯਾ ਅੱਲਾ ਕਰਮ ਕਰ ਦੋਸਤੋ ਠੀਕ ਹੋਈ ਆ ਹੁਣ ਅਸਾਂ ਥੋੜ੍ਹਾ ਜਿਹਾ ਅਸੀਂ ਰੌਂਡ ਕਰਾਉਣੇ ਆ